ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਕਰਤਾਰਪੁਰ ਦੇ ਵਿੱਚ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰਣੀਕੇ ਨੇ ਕਿਹਾ ਕਿ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਾਈ ਗਈ ਹੈ ਤਾਂ ਜੋ ਪਸ਼ੂ ਪਾਲਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਜਾਣਕਾਰੀ ਮੁਤਾਬਕ ਇਸ ਹਸਪਤਾਲ ਦੀ ਇਮਾਰਤ 35 ਲੱਖ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਈ ਹੈ। ਕੈਬਨਿਟ ਮੰਤਰੀ ਰਣੀਕੇ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਕਾਬਲ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਆਧੁਨਿਕ ਤਕਨੀਕਾਂ ਦੇ ਨਾਲ ਇਸ ਹਸਪਤਾਲ ਦਾ ਨਿਰਮਾਣ ਕੀਤਾ ਗਿਆ। ਬਹੁਤ ਲੰਬੇ ਸਮੇਂ ਤੋਂ ਮੰਗ ਸੀ, ਖਾਸ ਕਰਕੇ ਸਾਡੇ ਸਤਿਕਾਰਯੋਗ ਫਲੌਰ ਸਾਹਿਬ ਅਤੇ ਸਾਰੀ ਇਹਨਾਂ ਦੀ ਸੰਗਤ ਦੀ ਹਲਕੇ ਵੱਲੋਂ। ਇੱਥੇ ਜਿਹੜੇ ਬਿਲਡਿੰਗ ਸੀ ਉਹ ਬਹੁਤ ਖਸਤਾ ਸੀ ਅਤੇ ਜਿੰਨੀਆਂ ਅੱਜ ਦੇ ਯੁੱਗ ਦੇ ਵਿੱਚ ਉੱਥੇ ਵਸਤਾਂ ਚਾਹੀਦੀਆਂ ਸੀ ਨਹੀਂ, ਉਹਦਾ ਅੱਜ ਅਸੀਂ ਬਿਲਡਿੰਗ ਦਾ, ਹੋਸਪਿਟਲ ਦਾ, ਬਲਾਕ ਦਾ ਜਿਹੜਾ ਉਦਘਾਟਨ ਕੀਤਾ। ਬੋਰਡ ਤਾਂ ਹੀ ਬਣਾਇਆ, ਬਾਦਲ ਸਾਹਿਬ ਨੇ ਇਹ ਕਿਹਾ, ਸਾਨੂੰ ਹੁਕਮ ਕੀਤਾ ਕਿ ਇਹਨਾਂ ਦਾ ਬੋਰਡ ਬਣਾ ਦਿਓ। ਜਿਹੜੀ ਜਿਹੜੀ ਗਊਸ਼ਾਲਾ ਦੀ ਪਰੇਸ਼ਾਨੀ ਆਏਗੀ ਉਹ ਬੋਰਡ ਦੇ ਨਾਲ ਬੈਠ ਕੇ ਉਹ ਵਿਚਾਰ ਕਰਕੇ ਫਿਰ ਉਹਨੂੰ ਦੂਰ ਕਰਨ ਦੇ ਜਿਹੜੇ ਉਪਰਾਲੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।